ਫਰੀਦਕੋਟ ਰੇਂਜ 'ਚ ਪੁਲਿਸ ਦੇ ਸਰਚ ਓਪਰੇਸ਼ਨ ਦੌਰਾਨ ਬਹੁਤ ਕੁਝ ਹੱਥ ਲੱਗਿਆ, ਜਿਸ ਦੌਰਾਨ ਅਧਿਕਾਰੀ ਨੇ ਤੁਰੰਤ ਵੱਡੀ ਕਾਰਵਾਈ ਕੀਤੀ। ਸ੍ਰੀ ਮੁਕਤਸਰ ਸਾਹਿਬ ਦੇ ਦੋ ਵੱਡੇ ਖੇਤਰਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਅਹਿਦ ਹੈ। ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਤੀਜੇ ਦਿਨ ਵੀ ਵਿਸ਼ੇਸ਼ ਕਾਰਵਾਈ ਜਾਰੀ ਰਹੀ ਅਤੇ ਫਰੀਦਕੋਟ ਰੇਂਜ ਦੇ ਵਿੱਚ 80 ਲੋਕਾਂ ਨੂੰ ਗ੍ਰਿਫਤਾਰ ਕੀਤਾ। ਮੁਹਿੰਮ ਦੇ ਤੀਜੇ ਦਿਨ ਪੁਲਿਸ ਮੁਖੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਫਰੀਦਕੋਟ ਰੇਂਜ ਦੇ ਤਿੰਨੋਂ ਜ਼ਿਲ੍ਹਿਆਂ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਦੇ ਵਿੱਚ ਚਲਾਈ ਗਈ। ਇਹ ਸਾਰੀ ਕਾਰਵਾਈ DIG ਫਰੀਦਕੋਟ ਰੇਂਜ ਅਜੇ ਮਲੂਜਾ ਦੀ ਸਮੁੱਚੀ ਨਿਗਰਾਨੀ ਹੇਠ ਚਲਾਈ ਗਈ ਅਤੇ SSP ਨੂੰ ਭਾਰੀ ਪੁਲਿਸ ਫੋਰਸ ਤੈਨਾਤ ਕਰਕੇ ਸੁਚੱਜੇ ਢੰਗ ਨਾਲ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ। ਤੁਹਾਨੂੰ ਪਹਿਲਾਂ ਵੀ ਦੱਸਿਆ ਫਰੀਦਕੋਟ ਰੇਂਜ ਦੇ ਵਿੱਚ ਤਿੰਨ ਡਿਸਟ੍ਰਿਕਟਸ ਆਉਂਦੇ ਆ, ਮੁਕਤਸਰ, ਮੋਗਾ ਅਤੇ ਫਰੀਦਕੋਟ। ਅੱਜ ਸਵੇਰ ਤੋਂ ਇਹ ਕਾਸੀਓ ਓਪਰੇਸ਼ਨ ਚੱਲ ਰਿਹਾ ਸੀ ਅਤੇ ਸਾਰੇ ਜਿਹੜੇ ਮੇਨ ਸਮਗਲਰਸ ਦਾ ਏਰੀਆ, ਜਿਹੜਾ ਮੇਨ ਹੌਟਸਪੌਟ ਸੀ, ਉੱਥੇ ਵੀ ਸਰਚ ਕੀਤੀ ਹੈ। ਹੋਰ ਜਿਹੜੀ ਕੋਈ ਇੰਟੈਲੀਜੈਂਸ ਦੀ ਜਾਂ STF ਦੀ ਇਨਫੋਰਮੇਸ਼ਨ ਸੀ, ਉੱਥੇ ਵੀ ਕੋਡਨ ਅਤੇ ਸਰਚ ਓਪਰੇਸ਼ਨ ਅਮਲ 'ਚ ਲਿਆਂਦਾ ਗਿਆ। ਇਸ ਦੇ ਦੌਰਾਨ ਟੋਟਲ ਰੇਂਜ ਦੇ ਵਿੱਚ 67 ਮੁਕੱਦਮੇ ਦਰਜ ਕੀਤੇ ਗਏ ਆ ਅਤੇ ਕੁੱਲ 80 ਦੋਸ਼ੀ ਮਤਲਬ ਪਕੜੇ ਗਏ ਆ ਅਤੇ ਉਹਨਾਂ ਤੋਂ ਜਿਹੜੀ ਰਿਕਵਰੀ ਹੈ 115 ਕਿਲੋ ਤਾਂ ਭੁੱਕੀ ਬਰਾਮਦ ਕੀਤੀ ਗਈ ਹੈ ਅਤੇ 1920 ਗੋਲੀਆਂ, 620 ਕੈਪਸੂਲ ਅਤੇ 12 ਬੋਟਲ ਜਿਹੜੀਆਂ ਕੱਪ ਸਿਰਪ ਵਗੈਰਾ ਜਿਹੜੇ ਨਸ਼ੇ ਲਈ ਯੂਜ਼ ਕੀਤੇ ਜਾਂਦੇ ਆ। ਇਸ ਤੋਂ ਇਲਾਵਾ 1860 ਜਿਹੜੀਆਂ ਬੋਟਲ ਸ਼ਰਾਬ ਦੀਆਂ ਜਿਹੜੀਆਂ ਕਿ ਬਾਹਰਲੀਆਂ ਸਟੇਟਾਂ 'ਚੋਂ ਚੰਡੀਗੜ੍ਹ ਵਗੈਰਾ ਤੋਂ ਲਿਆ ਕੇ ਇੱਥੇ ਲੋਕ ਵੇਚਦੇ ਆ, ਉਹ ਬਰਾਮਦ ਕੀਤੀਆਂ ਗਈਆਂ ਅਤੇ ਉਸ ਤੋਂ ਇਲਾਵਾ 1945 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ ਅਤੇ ਇਸੇ ਦੌਰਾਨ 3 PO ਅਤੇ ਇੱਕ ਜਿਹੜਾ ਮੁਲਜ਼ਮ ਕੋਈ ਆਲਰੇਡੀ NDPS ਕੇਸ 'ਚ ਵਾਂਟਡ ਸੀ, ਉਹ 4 ਮੁਲਜ਼ਮ ਉਹ ਵੀ ਅਰੈਸਟ ਕੀਤੇ ਗਏ। ਹਾਂ, ਉਹ ਵੀ ਅਸੀਂ ਕਾਫੀ ਜਿਹੜੇ ਸਸਪੈਕਟਡ ਪਰਸਨ ਹੈ, ਜਿਹੜੇ 42 ਬੰਦੇ ਤਾਂ ਫਰੀਦਕੋਟ ਵਾਲਿਆਂ ਨੇ ਰਾਊਂਡ ਅਪ ਕੀਤੇ ਸੀ ਅਤੇ ਮੋਗਾ ਵਾਲਿਆਂ ਨੇ 108 ਬੰਦੇ ਨੂੰ, ਸ਼ੱਕੀ ਬੰਦਿਆਂ ਨੂੰ ਰਾਊਂਡ ਅਪ ਕੀਤਾ ਸੀ, ਜਿਨ੍ਹਾਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਰਿਲੀਜ਼ ਕਰ ਦਿੱਤਾ ਗਿਆ। ਨਹੀਂ, ਟੋਟਲ ਜਿਹੜੇ ਹੈ ਇਸ ਦੇ ਵਿੱਚ ਵਹੀਕਲਸ 5 ਬਰਾਮਦ ਕੀਤੇ ਗਏ ਹੈ, ਜਿਨ੍ਹਾਂ ਵਿੱਚ ਇੱਕ ਬਲੈਰੋ ਹੈ ਅਤੇ 4 ਮੋਟਰਸਾਈਕਲ ਹੈ, ਕਿਉਂਕਿ ਇਹ ਜਿਹੜੀ ਜ਼ਿਆਦਾ ਜਿਹੜੀ ਸਰਚ ਸੀ ਘਰਾਂ ਦੇ ਵਿੱਚ ਸੀ, ਇਸ ਲਈ ਵਹੀਕਲਸ ਵੀ ਉਸੇ ਦੌਰਾਨ ਜਿਹੜੇ ਕੋਈ ਉਹ ਮਹੱਲਿਆਂ ਦੇ ਗਲੀਆਂ ਦੇ ਵਿੱਚ ਘੁੰਮ ਰਹੇ ਸੀ, ਉਹਨਾਂ ਦੀ ਤਲਾਸ਼ੀ ਦੇ ਦੌਰਾਨ ਇਹ 5 ਵਹੀਕਲ ਵੀ ਪਕੜੇ ਗਏ। ਜਿਸ ਤਰੀਕੇ ਨਾਲ ਨਸ਼ੇ ਨੇ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰੇ ਹੋਏ ਨੇ, ਉਸ ਨੂੰ ਖਤਮ ਕਰਨ ਦੇ ਵਾਸਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਸਰਚ ਓਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹਕੀਕਤ TV ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ।